ਕੈਮਰਾ ਸਾਫ ਕਰ ਲਿਆ ਕਰ। ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ? ਠੀਕ ਠਾਕ। ਖਾਨਪੁਰ ਕਟੋਰੇ 'ਤੇ ਆਏ ਗੱਡੀਆਂ ਕਰਨ, ਅਤੇ ਤਿੰਨੇ ਗੱਡੀਆਂ ਕਰਨ ਆਇਆ ਚੈੱਕ ਕਰ। ਠੀਕ ਹੋ ਗਿਆ, ਤਿੰਨ ਗੱਡੀਆਂ ਦਿਸ ਰਹੀਆਂ ਉੱਥੋਂ ਚੈੱਕ ਕਰ। ਤਿੰਨ ਗੱਡੀਆਂ ਤੈਨੂੰ ਇੱਥੋਂ ਖਲੋਤੀਆਂ ਦਿਸਦੀਆਂ ਪਈਆਂ, ਠੀਕ ਹੈ? ਫਿਰ ਉਸ ਤੋਂ ਬਾਅਦ ਤੈਨੂੰ ਹੈਂਡਲਾਂ ਧੋਹਾਨਾ, ਠੀਕ ਹੋ ਗਿਆ? ਉਸ ਤੋਂ ਬਾਅਦ ਇਹਦੀ ਚੇਸੀ ਚੈੱਕ ਕਰ। ਚੇਸੀ ਇੰਜ ਹੋਈ ਹੈ ਜਿਵੇਂ ਮੁੰਦਰੀ ਦੇ ਵਿੱਚ ਨਾਗ ਨਹੀਂ ਪਰੋਇਆ ਹੁੰਦਾ, ਕੰਮ ਕੀਤਾ ਹੋਵੇ ਨਾ ਤਾਂ ਕੰਮ ਦਾ ਕੀ ਜ਼ੋਰ, ਤਾਂ ਕੰਮ ਆਪਣੇ ਮੂੰਹ ਆਉਣਾ ਬੋਲੇ, ਠੀਕ ਹੈ? ਜਿਹੜੇ ਬੰਦੇ ਸਾਧਾਂ ਦੇ ਚੰਡੇ ਹੋਣ ਦੇ ਨਾ, ਉਹ ਕੰਮ ਕਰਕੇ ਵਿਖਾਣ ਦੇ, ਅਤੇ ਜਿਨ੍ਹਾਂ ਨੇ ਸਾਧਾਂ ਦੀ ਮਾਰ ਨਹੀਂ ਨਾ ਖਾਧੀ ਹੈਗੀ, ਉਹ ਸਾਰੀ ਉਮਰ ਜ਼ਲੀਲ ਹੀ ਹੋਣ ਦੇ। ਇੱਕ ਇੱਕ ਟਰੈਕਟਰ ਤਾਂ ਤੁਸੀਂ ਵੀ ਖਲੋ ਜਾਓ, ਤੁਹਾਡੀ ਵੀ ਲੈ ਲੈਂਦੇ, ਜਾਂ ਇੱਕ ਇੱਕ ਤਾਂ ਬਹਿ ਹੀ ਜਾਓ। ਕੰਮ ਹੋਇਆ ਸੋਹਣਾ, ਇਹ ਬੰਦੇ ਨੇ ਜਿਨ੍ਹਾਂ ਦੀਆਂ ਗੱਡੀਆਂ ਕੀਤੀਆਂ ਨੇ, ਖਾਨਪੁਰ ਕਟੋਰਾ ਦੇ ਕੋਲ ਆਏ ਹਾਂ। ਹਾਂਜੀ ਭਾਜੀ, ਗੱਡੀਆਂ ਕੈਸੀਆਂ ਲੱਗੀਆਂ ਤੁਹਾਨੂੰ? ਜੀ ਮਾਸ਼ਾਅੱਲਾ ਜੀ, ਵਧੀਆ ਲੱਗੀਆਂ। ਪੰਜ ਗੱਡੀਆਂ ਕਰਾਈਆਂ ਜੇ, ਪੰਜਾਂ ਦਾ ਸਵਾਦ ਆਇਆ? ਕਿੰਨਾ ਵਧੀਆ ਕਿ ਸਵਾਦ, ਦਿਲ ਖੁਸ਼ ਕਰਦਾ। ਇਨਸ਼ਾਅੱਲਾ ਕੰਮ ਅੱਲਾ ਦੀ ਮਿਹਰਬਾਨੀ ਨਾਲ ਐਡੀ ਦੂਰ ਹੋਣਾ, ਕਰਨ ਆਈਦਾ ਤੇ ਇੰਜ ਹੀ ਕਰਨ ਆਈਦਾ ਕਿ ਤੁਸੀਂ ਇੰਤਜ਼ਾਰ ਕਰਾਇਆ ਤੇ ਮਾਸ਼ਾਅੱਲਾ ਕੰਮ ਸਾਡਾ ਯਾਰ। ਉਹ ਫਿਰ ਵਾਧੇ ਘਾਟੇ ਕਾਰੋਬਾਰ 'ਚ ਹੁੰਦਾ ਹੀ ਨਹੀਂ, ਮਾੜਾ ਮੋਟਾ ਫਿਰ ਲੇਟ ਸਵੇਰ ਹੁੰਦਾ। ਬੜਾ ਦਿਲ ਖੁਸ਼ ਹੈ ਮਾਸ਼ਾਅੱਲਾ, ਜਿਵੇਂ ਹੁਣ ਤੁਸੀਂ ਫੜਿਆ ਦੋ ਵਾਸਤੇ ਤੇ ਕੰਮ ਕਰਨ ਦਾ ਜੇ ਪੰਜ ਕਰਵਾ ਲਈਆਂ ਨੇ ਜੀ ਆਏ ਆ, ਤੇ ਕੰਮ ਵੀ ਜਿਹੜਾ ਫਿਰ ਕੰਮ ਬੜਾ ਜਿਹੜਾ ਹਰ ਬੰਦਾ ਆਇਆ ਵੀ ਸਾਡਾ ਵੀ ਐਵੇਂ ਐਵੇਂ, ਨਾਲੇ ਭਾਈ ਦੋਵਾਂ ਨੇ, ਭਾਈਆਂ ਦੋਵਾਂ ਨੇ ਜਿੱਦਾਂ ਦਾ ਮਾਇਆ, ਉਹਨਾਂ ਖਿਦਮਤ ਵੀ ਬੜੀ ਕੀਤੀ। ਅੱਲਾ ਪਾਕ ਇਹਨਾਂ ਜ਼ਿੰਦਗੀ ਕਰੇ, ਹਯਾਤੀ ਕਰੇ, ਮੈਂ ਇਹਨਾਂ ਬੜਾ ਹੀ ਇਹਨਾਂ ਖਿਦਮਤ ਕੀਤੀ, ਅੱਲਾ ਪਾਕ ਇਹਨਾਂ ਨੂੰ ਜ਼ਿਆਦਾ ਦੇਵੇ। ਐਕ ਦੂਸਰੀ ਗੱਡੀ ਹੈ ਅਜੇ, ਹਾਂ ਇਹ ਗੱਡੀਆਂ ਸਾਰੀਆਂ ਇਹਨਾਂ ਦੀਆਂ ਆਪਣੀਆਂ ਹੀ ਨੇ, ਚਾਚੇ ਨੇ, ਬਾਬੇ ਨੇ, ਭਰਾ ਨੇ, ਆਪਸ 'ਚ ਰਲੇ ਨੇ। ਠੀਕ ਹੋ ਗਿਆ, ਤੀਸਰੀ ਹੈ ਅਜੇ। ਕਹਿੰਦੀ ਮੈਂ ਅਗਲੀ ਵੀ ਇੱਕ ਦਿਨ ਅੱਗੇ ਹੀ ਵੀਡੀਓ ਕਲਾਈ ਸੀ ਇਸ ਗੱਡੀ ਦੀ, ਇਹ ਬੜਾਵੇ ਆਈ ਵਾਲੀ ਜੀ। ਇਹ ਬੰਦੇ ਨੇ, ਇਹ ਬੰਦਿਆਂ ਨੇ ਮੇਰੇ ਕੋਲ ਕੰਮ ਕਰਾਇਆ, ਅੱਲਾ ਦੀ ਮਿਹਰਬਾਨੀ। ਕਿੰਨੇ ਗੱਡੀਆਂ ਇਹਨਾਂ ਦੀਆਂ, ਠੀਕ ਹੋ ਗਿਆ? ਗੱਡੀਆਂ ਦੇ ਕੋਲ ਘਰ ਹੀ ਹੈ, ਅਤੇ ਕੋਲ ਵੀ ਦੁਕਾਨਾਂ ਨੇ, ਅਤੇ ਅੱਗੇ ਆ ਪੈਲੀ ਬਾਹਰ ਇਹਨਾਂ ਦੀ, ਪੈਲੀ ਦੇ ਕੋਲ ਹੀ ਇਹਨਾਂ ਡੇਰਾ ਡੂਰਾ ਆਪਣਾ ਬਣਾਇਆ, ਅਤੇ ਉੱਥੇ ਰਹਿੰਦੇ ਨੇ। ਆਹ ਵਿੱਚੋਂ ਆ ਮੇਨ ਸੜਕ ਲੰਘਦੀ, ਇਹ ਤਾਜ਼ੀ ਬਣੀ ਹੈ ਸੱਤ ਚੱਕ ਦੇ ਵਿੱਚ, ਉਹ ਉੱਥੇ ਗੱਡੀਆਂ ਤਿਆਰ ਕੀਤੀਆਂ ਨੇ, ਉਹ ਝੰਡਾ ਲੱਗਾ। ਉਸ ਤੋਂ ਬਾਅਦ ਆ ਵੇਖ ਲਓ, 0306-4427-833 ਬਹੁ ਰੰਗ ਸਾਹਿਬ ਮਿਲਰ ਟਰੈਕਟਰ ਲਾਹੌਰ ਤੋਂ, ਮੁਹੰਮਦ ਅਨਵਰ ਟਰੈਕਟਰ ਪੇਂਟ। ਇਹ ਕੰਮ ਚੈੱਕ ਕਰ, ਕੰਮ ਹੋਇਆ ਜਿਵੇਂ ਇੰਝ ਬੁਲਬੁਲ ਦਾ ਬੱਚਾ ਨਹੀਂ ਤਿਆਰ ਹੋਇਆ ਹੁੰਦਾ, ਇੰਝ ਤਿਆਰ ਕੀਤਾ। ਮਾਲਕ ਮਗਰ ਹੁਣ ਨਾ ਜ਼ਿੰਦਾ, ਅਤੇ ਮੈਂ ਨਾ ਕਦੀ ਨਹੀਂ ਕੋਈ ਸ਼ਹਿਰ ਨੂੰ ਖਰਾਬ ਹੁੰਦੀ, ਜੇ ਮਾਲਕ ਮਗਰ ਜ਼ਿੰਦਾ ਨਾ ਹੋਣ ਤਾਂ ਫਿਰ ਸ਼ਹਿਰ ਆਪੇ ਰੁਲ ਜਾਂਦੀ, ਅਤੇ ਮਾਲਕ ਮਗਰ ਜ਼ਿੰਦਾ ਹੋਣ ਨਾ ਤਾਂ ਮੈਂ ਨਾ ਚੰਗੀ ਭਲੀ ਮਰੀ ਸ਼ਹਿਰ ਦੇ ਵਿੱਚ ਵੀ ਜਾਣ ਪੈ ਜਾਂਦੀ। ਬਿਲਕੁਲ ਜੀ ਬਿਲਕੁਲ, ਇਹ ਤਿੰਨੇ ਗੱਡੀਆਂ ਤੁਹਾਨੂੰ ਅੱਗੇ ਅੱਗੋਂ ਵਿਖਾਈਆਂ ਨੇ, ਤੁਹਾਨੂੰ ਪਿੱਛੋਂ ਸਾਰੀਆਂ ਵਿਖਾਈਆਂ ਨੇ, ਠੀਕ ਹੋ ਗਿਆ? ਆਹੋ, ਸ਼ਾਮ ਦੀ ਜਾਣ ਤੀਕਰ ਮੂਰੀ ਮੂਵੀ ਬਣਨ ਦਾ ਹੀ, ਕਿ ਸਵੇਰੇ ਚੰਨ ਨੇ ਬਣਾਵਾਂ ਤਾਂ ਹੋਰ ਸਵਾਦ ਆਏਗਾ, ਠੀਕ ਹੋ ਗਿਆ?
ਪੂਰਾ ਆਉਣ ਜਿਹੜਾ ਇੱਥੇ ਖਲੋਣ ਤਾਂ ਕਿੰਨੇ ਗੱਡੀਆਂ ਵਿੱਚ ਲਿਆਉਣੀਆਂ ਤੇ ਮੈਨੂੰ ਵੀ ਉਹ ਵੀ ਗੱਡੀ ਵਿੱਚ ਹੀ ਆ ਗਿਆ ਨਹੀਂ